ਡਾਕਟਰ ਸਾਹਿਬ ਤੁਹਾਡੇ ਅੱਗੇ ਸਵਾਲ ਕਰਦੇ ਆ ਵੀ ਤਿਲਾਂ ਨੂੰ ਪਾਣੀ ਲਾਉਂਦੇ ਆ ਤੇ ਤਿਲ ਮਰਦੇ ਆ, ਜੇ ਨਹੀਂ ਪਾਣੀ ਲਾਉਂਦੇ ਤੇ ਉਹ ਸੁੱਕਦੇ ਆ, ਦੱਸੋ ਸਾਡੇ ਵਾਸਤੇ ਤਾਂ ਕੀ ਹੋਣਾ ਚਾਹੀਦਾ ਵਾ? ਜੇ ਪਾਣੀ ਲਾਵਾਂਗੇ ਤੇ ਉਹ ਸੌ ਜਾਣਗੇ, ਜੇ ਨਹੀਂ ਪਾਣੀ ਲਾਉਂਦੇ ਤਾਂ ਧੁੱਪ ਨਾਲ ਸੌ ਜਾਣਗੇ, ਉਹਦਾ ਹੱਲ ਸਾਡੇ ਵਾਸਤੇ ਦੱਸੋ ਕੀ? ਚਾਚਾ ਜੀ ਦੇਖੋ, ਜਿਹੜਾ ਤਿਲ ਲਗਾਉਣ ਦਾ ਤਰੀਕਾ ਨਾ ਜੀ, ਉਹ ਬਹੁਤ ਜ਼ਿਆਦਾ ਅਹਿਮ ਆ। ਦੱਸੋ, ਮੈਂ ਸੀਜ਼ਨ ਦੇ ਸਟਾਰਟ ਦੇ ਵਿੱਚ ਜਦੋਂ ਦੱਸਦਾ ਨਾ ਲੋਕਾਂ ਨੂੰ ਕਿ ਤਿਲ ਇਸ ਤਰ੍ਹਾਂ ਲਗਾਓ ਇਸ ਤਰ੍ਹਾਂ ਨਾ ਲਗਾਓ, ਹਾਂਜੀ, ਉਦੋਂ ਲੋਕੀ ਕਹਿੰਦੇ ਆ ਕਿ ਨਹੀਂ ਅਸੀਂ ਤਾਂ ਛੱਟੇ ਨਾਲ ਹੀ ਲਾਈਦੇ ਆ। ਠੀਕ ਆ। ਲੋਕ ਪਾਕਿਸਤਾਨ ਚ 70% ਜਿਹੜੇ ਫਾਰਮਰ ਨੇ ਨਾ ਉਹ ਛੱਟੇ ਨਾਲ ਤਿਲ ਲਾਉਂਦੇ ਨੇ ਜੀ। ਇਹ ਜਿਹੜੇ ਛੱਟੇ ਨਾਲ ਲਾਉਂਦੇ ਨੇ ਨਾ ਜੀ, ਇਹ ਪੈਦਾਵਾਰ 8-10 ਮਣ ਲੈਂਦੇ ਨੇ। ਠੀਕ ਆ। ਜਿਹੜੇ ਬੰਦੇ ਚੋਪੇ ਦੇ ਨਾਲ ਜਾਂ ਵੱਟਾਂ ਦੇ ਉੱਤੇ ਤਿਲਾਂ ਨੂੰ ਕਾਸ਼ਤ ਕਰਦੇ ਨੇ ਨਾ ਜੀ, ਉਹ ਇੱਕ ਤੇ 20 ਮਣ ਪੈਦਾਵਾਰ ਲੈਂਦੇ ਆ। ਸਹੀ ਆ। ਔਰ ਦੂਸਰਾ ਉਹਨਾਂ ਨੂੰ ਉਹ ਮਸਾਇਲ ਨਹੀਂ ਆਉਂਦੇ ਇਹ ਜਿਹੜੇ ਤੁਹਾਨੂੰ ਆ ਰਹੇ ਨੇ। ਅੱਛਾ। ਦੇਖੋ ਹੁਣ ਗਰਮੀ ਬਹੁਤ ਜ਼ਿਆਦਾ, ਹਾਂਜੀ ਬਹੁਤ ਜ਼ਿਆਦਾ, ਛੱਟੇ ਨਾਲ ਤਿਲ ਤੇ ਬੀਜ ਦਿੱਤੇ ਆ, ਬੀਜ ਦਿੱਤੇ, ਹੁਣ ਪਾਣੀ ਨਾ ਲਾਓਗੇ ਤੇ ਡਰ ਆ ਕਿ ਗਰਮੀ ਨਾਲ ਮਰ ਜਾਣ ਜੀ, ਜੇ ਲਾਓਗੇ ਤੇ ਦਿਲ ਕਰੇ ਜ਼ਿਆਦਾ ਪਾਣੀ ਨਾਲ ਭਾਵਾਂ ਮਰ ਜਾਣ ਮਰ ਜਾਣ। ਇਹਦਾ ਬਿਹਤਰੀਨ ਹੱਲ ਇਹ ਆ ਕਿ ਜਦੋਂ ਵੀ ਤੁਸੀਂ ਅਗਲੀ ਦਫਾ ਤਿਲ ਲਗਾਉਣੇ ਨੇ ਨਾ ਜੀ, ਤੁਸੀਂ ਵੱਟਾਂ ਦੇ ਉੱਤੇ ਲਗਾਉਣੇ ਆ। ਠੀਕ ਹੋ ਗਿਆ। ਕਿਉਂਕਿ ਜਦੋਂ ਥਰਜਾ ਹਰਾਰਤ ਬਹੁਤ ਜ਼ਿਆਦਾ ਹੋਵੇ ਨਾ, ਹਾਂਜੀ, ਉਹਨੂੰ ਪਾਣੀ ਲਾ ਸਕਦੇ, ਪਾਣੀ ਦੀ ਉਹਨੂੰ ਜ਼ਰੂਰਤ ਤੇ ਆਣੀ ਆਣੀ ਆ, ਆਣੀ ਆ। ਵੱਟਾਂ ਦੇ ਦਰਮਿਆਨ ਖਾਲੀਆਂ ਚ ਪਾਣੀ ਲਾਵਾਂਗੇ ਤੇ ਸਾਡੀ ਫਸਲ ਦਾ ਨੁਕਸਾਨ ਨਹੀਂ ਹੋਏਗਾ। ਠੀਕ ਹੋ ਗਿਆ। ਉਸ ਰੇਜ ਦੇ ਨਾਲ ਨਾ ਉਹਨੂੰ ਪਾਣੀ ਪਹੁੰਚ ਜਾਏਗਾ। ਠੀਕ ਹੋ ਗਿਆ। ਤੇ ਜੇ ਫਲੈਟ ਕਾਸ਼ਤ ਕਰਾਂਗੇ ਫਿਰ ਪਾਣੀ ਕਿਤੇ ਵੱਧ ਲੱਗ ਜਾਏਗਾ ਕਿਤੇ ਘੱਟ ਲੱਗ ਜਾਏਗਾ। ਬਿਲਕੁਲ। ਇਸ ਦੇ ਵਾਸਤੇ ਅੱਗੇ ਤੋਂ ਇਨਸ਼ਾਅੱਲਾ ਤੇਲੇ ਵੱਟਾਂ ਤੇ ਲਾਣੇ ਆ, ਲਾਵਾਂਗੇ, ਫਲੈਟ ਨਾਲ ਛੱਟੇ ਤੇ ਨਹੀਂ ਲਾਣੇ, ਨਹੀਂ ਲਾਵਾਂਗੇ। ਹੁਣ ਉਹਦਾ ਜਿਹੜਾ ਬਿਹਤਰੀਨ ਇਸ ਟਾਈਮ, ਕਿਉਂਕਿ ਹੁਣ ਤੇ ਲਾਤੇ ਆ, ਹਾਂਜੀ, ਹੁਣ ਉਹਦਾ ਹੱਲ ਇਹ ਹੈਗਾ ਜੀ ਕਿ ਸ਼ਾਮ ਦੇ ਟਾਈਮ, ਹਾਂਜੀ, ਠੰਡੇ ਹੋਇਆ, ਠੰਡੇ ਹੋਏ, ਹਲਕਾ ਪਾਣੀ ਲਾਣਾ। ਅੱਛਾ। ਪਾਣੀ ਨਾ ਸਵੇਰ ਨੂੰ ਲਾਣਾ ਨਾ ਦੁਪਹਿਰ ਨੂੰ ਲਾਣਾ ਜੀ। ਅਗਰ ਸਵੇਰ ਨੂੰ ਲਾਓਗੇ ਜਾਂ ਦੁਪਹਿਰ ਨੂੰ ਲਾਓਗੇ ਤੇ ਹੁੰਮ ਹੋ ਜਾਏਗਾ। ਬਿਲਕੁਲ। ਪੌਦਿਆਂ ਦਾ ਨਾ ਸਫੋਕੇਸ਼ਨ, ਜਿਹਦੀ ਸਾਹ ਘੱਟ ਹੋ ਕੇ ਵੀ ਮਰ ਜਾਂਦੇ ਨੇ ਪੌਦੇ। ਤੇ ਰਾਤ ਸ਼ਾਮ ਨੂੰ ਮਗਰਬ ਟਾਈਮ ਠੰਡੇ ਹੋ ਹਲਕਾ ਪਾਣੀ ਰੱਖ ਕੇ ਲਾਣਾ। ਠੀਕ ਹੈ। ਤੇ ਅੱਗੇ ਤੋਂ ਤੇਲ ਛੱਟੇ ਨਾ ਨਹੀਂ ਲਾਣੇ, ਵੱਟਾਂ ਤੇ ਲਾਣੇ, ਵੱਟਾਂ ਤੇ ਲਾਣੇ। ਠੀਕ ਹੋ ਜੀ।